तो उधर पंजाब अंदर अज झोने की लवाई शुरू हो जा रही है। तो सरकार वालों धरती हेठले पानी नूं बचाउण दे लई बनाई गई नीति तहत झोने की लवाई लई समा निश्चित किया गया सी, जिस तहत पंजाब विच अज तो झोने की लवाई नूं आग्या दी गई है। पर इस दे बावजूद कुछ किसानों ने पिछले दिनी झोने की लवाई का काम शुरू कर दिता सी। उधर पावर कारपोरेशन ने भी किसानों नूं निर्विघन तीन तीन फेज सप्लाई मुहैया करवाउंदिआं उन्हां दी लोड़िंदे प्रबंध करके, पर किसान किस्मां दी चोण संबंधी भब्बल भूसे दे अलावा मजदूरां दी घाट अते नहरी पाणी दा आउण वर्गिआं कई समस्यावां नाल जूझ रहे हन। इस खबर संबंधी ज्यादा जानकारी लई गल करदे आं बरनाल तो साडे पत्रकार कमलजीत संधु दे नाल। जी कमलजीत, किस तरीके दी तैयारियां ने किसानां दे वल्लों? जी हरलीन, जे देखा जाए सरकारी तौर पर जिहड़ा ऐलान किया वा सी पंजाब सरकार ने एक्ट बनाया सी वी पानी दी जिहड़ी बचत लई झोने दी जिहड़ी लवाई आ उह 15 जून तों जिहड़ी शुरू कीती जावे, पर पंजाब दे किसानां ने इह कानून दी जिहड़ी उलंघना करदिआं झोने दी लवाई आ जिहड़ी उह 10 जून तों ही जिहड़ी शुरू कर दित्ती सी। बहुत सारे खेतरां दे विच 10 जून तों जां 11 जून तों झोना जिहड़ा वो लाना शुरू कर दिता सी। इहदे अकॉर्डिंग टू इत्थों दे खेतीबाड़ी विभाग ने कुछ किसानां दा झोना बाहिया भी कार्रवाई भी करी, पर वो इक नामात्र दी कार्रवाई हो के रह गई, क्योंकि वड्डी पद्धर ते जिहड़ा झोना सीगा वो अपने जिहड़ा मालवा खिते दे विच किसानां वल्लों जिहड़ा लाया गया सीगा, ते इस करके जिहड़ा झोना गा वो 5 दिन पहले ही जिहड़ा लगना शुरू हो गया सी, ते काफी हद तक जिहड़ा झोना वो जिहड़ा ਲੱਗਿਆ ਲੱਗ ਰਿਹਾ ਗਾ, ਤੇ ਬਰਨਾਲਾ ਦੇ ਵਿੱਚ ਜਾਂ ਆਸ ਪਾਸ ਦੇ ਜਿਹੜੇ ਹੋਰ ਕਿੱਤੇ ਨੇ ਉਹਨਾਂ ਦੇ ਵਿੱਚ ਜਿਹੜਾ ਝੋਨੇ ਦੀ ਲਵਾਈ ਆ ਉਹ ਜ਼ੋਰਾਂ ਤੇ ਇਸ ਟਾਈਮ ਜਿਹੜੀ ਉਹ ਕਹਿ ਸਕਦੇ ਹਾਂ। ਪਰ ਇਹਦੇ ਨਾਲ ਨਾਲ ਕੁਛ ਜਿਹੜੀਆਂ ਸਮੱਸਿਆਵਾਂ ਨੇ ਕਿਸਾਨਾਂ ਨੂੰ, ਉਹ ਇੱਕ ਨਹਿਰੀ ਪਾਣੀ ਆ ਜਿਹੜਾ ਜਿਹੜੇ ਖੇਤਰਾਂ ਦੇ ਵਿੱਚ ਨਹਿਰੀ ਪਾਣੀ ਆਉਂਦਾ ਉਹ ਸਹੀ ਤਰੀਕੇ ਨਾਲ ਨਹਿਰੀ ਪਾਣੀ ਨਹੀਂ ਮਿਲ ਰਿਹਾ, ਤੇ ਦੂਸਰਾ ਜੇ ਬਿਜਲੀ ਸਪਲਾਈ ਦੀ ਗੱਲ ਕੀਤੀ ਜਾਵੇ ਤਾਂ ਉਹ ਫਿਲਹਾਲ ਜਿਹੜੀ 8 ਘੰਟੇ ਬਿਜਲੀ ਸਪਲਾਈ ਆ ਇਹ ਜਿਹੜਾ ਵਿਭਾਗ ਨੇ ਬਿਜਲੀ ਵਿਭਾਗ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਜਿਹੜੀ 8 ਘੰਟੇ ਬਿਜਲੀ ਆ ਉਹ ਕਿਸਾਨਾਂ ਨੂੰ ਮਿਲ ਰਹੀ ਆ, ਪਰ ਲੇਬਰ ਤੇ ਜਿਹੜੀ ਨਹਿਰੀ ਪਾਣੀ ਜਿਹੜੀ ਸਮੱਸਿਆ ਉਹਦੇ ਨਾਲ ਕਿਸਾਨਾਂ ਨੂੰ ਦੋ ਚਾਰ ਹੋਣਾ ਪੈ ਰਿਹਾ। ਜੀ ਕਮਲਜੀਤ ਜੀ, ਜੇ ਗੱਲ ਕਰੀਏ ਪਿਛਲੀ ਵਾਰ ਦੀ ਤਾਂ ਪਿਛਲੀ ਵਾਰ ਲੋਕਾਂ ਨੂੰ ਲੇਬਰ ਦੀ ਸਮੱਸਿਆ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਦਾ ਕਾਫੀ ਜਿਹੜਾ ਸਾਹਮਣਾ ਕਰਨਾ ਪਿਆ ਸੀ, ਤੇ ਇਸ ਵਾਰ ਜੇ ਲੇਬਰ ਦੀ ਗੱਲ ਕਰੀਏ ਤੇ ਕਿਹੋ ਜਿਹਾ ਮਾਹੌਲ ਹੈ ਲੇਬਰ ਨੂੰ ਲੈ ਕੇ? ਜੀ ਤੁਹਾਨੂੰ ਦੱਸਿਆ ਵੀ ਜਿਹੜੀ ਲੇਬਰ ਆ ਜੀ, ਲੇਬਰ ਦੀ ਸਮੱਸਿਆ ਤਾਂ ਬਿਲਕੁਲ ਜਿਹੜੀ ਬਣੀ ਵੀ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਜਿਹੜੀ ਆਏ ਸਾਲ ਜਿਹੜੀ ਸਮੱਸਿਆ ਹੁੰਦੀ ਹੈ, ਕਿਉਂਕਿ ਜਦੋਂ ਇੱਕਦਮ ਜਦੋਂ ਇੱਕ ਡੇਟ ਫਿਕਸ ਕੀਤੀ ਜਾਂਦੀ ਹੈ ਵੀ 10 ਜੂਨ ਤੋਂ ਜਾਂ 15 ਜੂਨ ਤੋਂ ਝੋਨਾ ਲਾਉਣਾ, ਤਾਂ ਇੱਕਦਮ ਸਾਰੇ ਕਿਸਾਨਾਂ ਨੂੰ ਇਹ ਹੁੰਦਾ ਵੀ ਅਸੀਂ ਜਲਦੀ ਨਾਲ ਜਿਹੜਾ ਝੋਨਾ ਉਹ ਲਗਵਾ ਲਈਏ। ਇਸ ਕਰਕੇ ਇਹ ਇੱਕ ਤੇਜ਼ੀ ਦੇ ਕਾਰਨ ਕਰਕੇ ਜਿਹੜੀ ਲੇਬਰ ਦੀ ਜਿਹੜੀ ਸਮੱਸਿਆ ਆਉਂਦੀ ਆ, ਕਿਉਂਕਿ ਥੋੜ੍ਹੇ ਦਿਨ ਜਿਹੜਾ 10 ਦਿਨ ਇਹ ਸਮੱਸਿਆ ਰਹਿੰਦੀ ਆ, ਉਸ ਤੋਂ ਬਾਅਦ ਜਿਵੇਂ ਜਿਵੇਂ ਝੋਨਾ ਲੱਗੀਆਂ ਦਾ ਰਕਬਾ ਘਟੀ ਜਾਂਦਾ, ਤੇ ਇਹ ਸਮੱਸਿਆ ਦਾ ਵੀ ਜਿਉਂ ਦਾ ਤਿਉਂ ਜਿਹੜਾ ਹੱਲ ਆ ਉਹ ਹੋਣ ਲੱਗ ਜਾਂਦਾ। ਪਰ ਜੇਕਰ ਦੇਖਿਆ ਜਾਵੇ ਇਸ ਵਾਰ ਜਿਹੜਾ ਮੌਨਸੂਨ ਆ ਉਹ ਭਾਵੇਂ ਕਿ ਕਿਹਾ ਜਾ ਰਿਹਾ ਗਾ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਮੀਂਹ ਆ ਜਿਹੜੇ ਘੱਟ ਪੈਣੇ ਆ ਮੌਸਮ ਭਾਗ ਵਗੈਰਾ, ਪਰ ਫਿਲਹਾਲ ਜਿਹੜੀ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਹੋਣ ਦੇ ਸਮੇਂ ਤੱਕ ਜਿਹੜਾ ਮੌਸਮ ਆ ਜਿਹੜਾ ਉਹ ਠੰਡਾ ਰਿਹਾ ਗਾ ਤੇ ਮੀਂਹ ਵੀ ਪਿਆ ਗਾ ਥੋੜ੍ਹਾ ਬਹੁਤਾ, ਇਹਦੇ ਨਾਲ ਜਿਹੜੀ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੇ ਵਿੱਚ ਜਿਹੜੀ ਕੋਈ ਦਿੱਕਤ ਨਹੀਂ ਪੇਸ਼ ਆ ਰਹੀ। ਇਹਦਾ ਵੱਡਾ ਕਾਰਨ ਇਹ ਆ ਵੀ ਇੱਕ ਤਾਂ ਜਿਹੜੀ ਬਿਜਲੀ ਦੀ ਸਮੱਸਿਆ ਹੈਗੀ ਉਹ ਮੌਸਮ ਠੀਕ ਹੋਣ ਦੇ ਕਾਰਨ ਬਿਜਲੀ ਸਮੱਸਿਆ ਨਹੀਂ ਆ ਰਹੀ, ਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਤੋਂ ਇਹਨਾਂ ਤੋਂ ਜਿਹੜਾ ਕਿਸਾਨ ਦਾ ਪਿਛਲੇ ਸਾਲਾਂ ਦੇ ਮੁਕਾਬਲੇ ਕੁਛ ਨਾ ਕੁਛ ਜਿਹੜਾ ਘੱਟ ਜਿਹੜਾ ਵਿਚਾਰਾ ਘੱਟ ਨੁਕਸਾਨ ਆ ਜਿਹੜਾ ਉਹ जी। कमलजीत जी, इतने जानना चाहवांगे जिस तरीके दे नाल सरकार दे वल्लों फसली विभिन्नता दे बारे गल कीती जांदी है, ते इस बार किन्ने क किसानां ने जिहड़ा झोना बीजिआ? जिहड़ी फसली विभिन्नता दी गल आई उह सिर्फ इक मैं समझांगा वी महज अखबारी बयानां तक सीमित आ जां विभाग वल्लों, इक जिहदे विच देखा जावे तां मक्की आ जिहड़ी मक्की दी फसल नूं जिहड़ी किसानां नूं जिहड़ा पिछले विभाग ने जिहड़ा बीज वंडिआ सीगा, ਤੇ ਪਰ ਉਹ ਮੱਕੀ ਦੀ ਫਸਲ ਹੋਈ ਵੀ ਬਹੁਤ ਜ਼ਿਆਦਾ ਸੀ, ਪਰ ਉਹਦਾ ਨਿਸ਼ਚਿਤ ਜਿਹੜਾ ਭਾਗ ਆ ਜਾਂ ਮੰਡੀਕਰਨ ਉਹ ਸਹੀ ਤਰੀਕੇ ਨਾਲ ਨਹੀਂ ਹੋ ਸਕਿਆ, ਇਸ ਕਰਕੇ ਉਹ ਜਿਹੜਾ ਫਸਲੀ ਵਿਭਿੰਨਤਾ ਵਾਲੀ ਗੱਲ ਆ ਉਹ ਕਟਾਈ ਦੇ ਵਿੱਚ ਜਿਹੜੀ ਪੈਂਦੀ ਨਜ਼ਰ ਆ ਰਹੀ ਆ, ਤੇ ਜਿਹੜੀਆਂ ਹੋਰ ਫਸਲਾਂ ਵੀ ਨੇ ਕਿਸਾਨ ਉਹ ਇਸ ਕਰਕੇ ਉਹ ਫਸਲਾਂ ਨਹੀਂ ਬੀਜਦਾ ਕਿਉਂਕਿ ਜਿਹੜਾ ਭਾਗ ਆ ਉਹਨਾਂ ਫਸਲਾਂ ਦਾ ਜਾਂ ਮੰਡੀਕਰਨ ਆ ਉਹ ਸਹੀ ਤਰੀਕੇ ਨਾਲ ਨਹੀਂ ਮਿਲਦਾ, ਇਸ ਕਰਕੇ ਫਸਲੀ ਵਿਭਿੰਨਤਾ ਵਾਲੀ ਗੱਲ ਜਿਹੜਾ ਕੋਈ ਜ਼ਿਆਦਾਤਰ ਜਿਹੜੀ ਲਾਗੂ ਨਹੀਂ ਹੋ ਸਕੀ। ਕੁਛ ਜਿਹੜੇ ਚੇਤਨ ਕਿਸਾਨ ਨੇ ਜਾਂ ਹੰਡੇ ਵਾਸਤੇ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਪੜ੍ਹੇ ਲਿਖੇ ਕਿਸਾਨ ਨੇ ਉਹ ਜ਼ਰੂਰ ਜਿਹੜੀ ਇਸ ਤਰ੍ਹਾਂ ਦੀਆਂ ਇਹਨਾਂ ਫਸਲਾਂ ਨੇ ਉਹ ਲਾਉਂਦੇ ਨੇ ਜਾਂ ਕਰੁਸੀਆਂ ਫਸਲਾਂ ਨੇ ਉਹਨਾਂ ਦੀ ਲਾ ਕੇ ਫਸਲੀ ਵਿਭਿੰਨਤਾ
ਵੱਲ ਲੱਗੇ ਨੇ ਪਰ ਉਹ ਬਹੁਤ ਜਿਹੜੇ ਘੱਟ ਕੁਛ ਪਰਸੈਂਟ ਜਿਹਨੂੰ 2% ਜਾਂ 4% ਕਹਿ ਸਕਦੇ ਹਾਂ ਉਹ ਬਹੁਤ ਜ਼ਿਆਦਾ ਘੱਟ ਕਿਸਾਨ ਨੇ ਇਸ ਕਰਕੇ ਜਿਹੜੇ ਆਮ ਕਿਸਾਨ ਨੇ ਇਹਦਾ ਵੱਡੀ ਵੱਧ ਜਿਹੜਾ ਰਕਬਾ ਉਹ ਕਣਕ ਝੋਨੇ ਤੇ ਨਰਮੇ ਦੀ ਫਸਲ ਦੇ ਵਿੱਚ ਜਿਹੜਾ ਪੰਜਾਬ ਦਾ ਜਿਹੜਾ ਰਕਬਾ ਉਹ ਆਉਂਦਾ जी कमल जी इस पूरी जानकारी लिए थोड़ा बहुत बहुत धन्यवाद। इसी साढ़े पत्रकार बरनाला तो कमल जी संधु साढ़े जो दस रहे सन कि जो किसान ने उन्होंने वालों चाहे ही झोने की जी शुरुआत है झोने की लवाई की शुरुआत जी 5 दिन पहला हो गई है पर उस तो बाद जी है अज तो जोड़ा है सरकार के वलों जो डेट दी गई सी अज है तो अज तो जोड़ा है होर इलाकों के झोना बीजा जाना शुरू होगा। खबर की दुनिया में आओ सा कदे भी किते भी जुड़ो आपा मिलांगे फेसबुक ते असी दिखांगे यूट्यूब ते सानू फॉलो करो ट्विटर ते खबरां नाल जुड़े रहो दिन रात।